ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਜਾਂਚ ਟੀਮ ਹੁਣ ਐਕਸ਼ਨ ਵਿੱਚ ਆ ਗਈ ਹੈ। ਫੋਰੈਂਸਿਕ ਟੀਮ ਨੇ ਦਿੱਲੀ ਪੁਲਿਸ ਨੂੰ ਸਤਨਾਮ ਸਿੰਘ ਪੰਨੂ, ਕਿਸਾਨ ਆਗੂ ਰੁਰਦੂ ਸਿੰਘ ਅਤੇ ਗਾਇਕ ਇੰਦਰਜੀਤ ਨਿੱਕੂ ਸਣੇ ਕਈ ਲੋਕਾਂ ਦੀਆਂ ਫੋਟੋਆਂ ਸੌਂਪੀਆਂ ਨੇ। ਦਿੱਲੀ ਪੁਲਿਸ ਅਤੇ ਫੋਰੈਂਸਿਕ ਟੀਮ ਹੁਣ ਇੱਕ ਖਾਸ ਤਕਨੀਕ ਦੇ ਜ਼ਰੀਏ ਮੁਲਜ਼ਮਾਂ ਦੀ ਪਹਿਚਾਣ ਵਿੱਚ ਲੱਗੀ ਹੈ। ਤਸਵੀਰਾਂ ਵਿੱਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਸਤਨਾਮ ਸਿੰਘ ਪੰਨੂ ਅਤੇ ਰੁਰਦੂ ਸਿੰਘ ਸਣੇ ਗਾਇਕ ਇੰਦਰਜੀਤ ਸਿੰਘ ਨਿੱਕੂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਨੇ। ਇਸ ਦੇ ਨਾਲ ਹੀ ਕਈ ਹੋਰਨਾਂ ਨੌਜਵਾਨਾਂ ਅਤੇ ਕੁਝ ਨਿਹੰਗ ਸਿੰਘਾਂ ਦੀਆਂ ਤਸਵੀਰਾਂ ਵੀ ਇਹਨਾਂ ਪੋਸਟਰਾਂ ਰਾਹੀਂ ਜਾਰੀ ਕੀਤੀਆਂ ਗਈਆਂ ਨੇ। ਇਹ ਤਸਵੀਰਾਂ ਵੱਖ ਵੱਖ ਸਾਈਟਾਂ, ਮੀਡੀਆ ਦੀਆਂ ਖਬਰਾਂ ਅਤੇ ਕਿਸਾਨੀ ਸਟੇਜਾਂ ਤੋਂ ਲਈਆਂ ਗਈਆਂ ਨੇ। ਦੱਸ ਦਈਏ ਕਿ ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਟੀਮ ਨੇ ਇੱਕ ਵੀਡੀਓ ਤਿਆਰ ਕੀਤੀ ਹੈ ਜਿਸ ਵਿੱਚ ਇਹਨਾਂ ਸਾਰੀਆਂ ਫੋਟੋਆਂ ਅਤੇ ਆਗੂਆਂ ਦੇ ਨਾਮਾਂ ਨੂੰ ਸ਼ਾਮਿਲ ਕੀਤਾ ਗਿਆ। ਜਿਸ ਰਾਹੀਂ ਫੋਰੈਂਸਿਕ ਟੀਮ ਨੇ ਲਾਲ ਕਿਲੇ 'ਤੇ ਹਿੰਸਾ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਹੈ। ਦਿੱਲੀ ਪੁਲਿਸ ਨੂੰ ਫੋਰੈਂਸਿਕ ਟੀਮ ਨੇ ਪੂਰੀ ਜਾਣਕਾਰੀ ਵੀ ਸੌਂਪੀ ਹੈ। ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਦੇ ਅੰਦਰ ਹੋਏ ਹੰਗਾਮੇ ਨਾਲ ਸੰਬੰਧਿਤ ਚਿਹਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਦਰਅਸਲ ਗੁਜਰਾਤ ਤੋਂ ਆਈ ਵਿਸ਼ੇਸ਼ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਟੀਮ ਨੇ ਪ੍ਰਦਰਸ਼ਨਕਾਰੀਆਂ ਦੀਆਂ ਫੋਟੋਆਂ ਲਈ ਵਿਸ਼ੇਸ਼ ਤਕਨੀਕ ਅਖਤਿਆਰ ਕੀਤੀ ਹੈ ਅਤੇ ਵੀਡੀਓ ਇਕੱਤਰ ਕਰਨ ਤੋਂ ਬਾਅਦ ਉਹਨਾਂ ਤਸਵੀਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਹਨਾਂ ਤਸਵੀਰਾਂ ਨੂੰ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਗਿਆ। ਜੀ ਹਾਂ, ਇਸ ਵਿਚਾਲੇ ਜਿਹੜੀ ਸਭ ਤੋਂ ਵੱਡੀ ਖਬਰ ਹੈ ਕਿ ਇਸ ਵੀਡੀਓ ਅਤੇ ਤਸਵੀਰਾਂ ਵਿੱਚ ਕਿਸਾਨ ਆਗੂ ਸਤਨਾਮ ਪੰਨੂ, ਰੁਰਦੂ ਸਿੰਘ ਮਾਨਸਾ ਅਤੇ ਗਾਇਕ ਇੰਦਰਜੀਤ ਸਿੰਘ ਨਿੱਕੂ ਦੀਆਂ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਨੇ। ਫਿਲਹਾਲ ਇਹਨਾਂ ਤਸਵੀਰਾਂ 'ਤੇ ਕਿਸਾਨ ਆਗੂਆਂ ਦਾ ਕੀ ਕਹਿਣਾ ਜਾਂ ਫਿਰ ਅਗਲੀ ਰਣਨੀਤੀ ਕੀ ਹੋਵੇਗੀ, ਇਸ 'ਤੇ ਵੀ ਨਜ਼ਰ ਬਣੀ ਰਹੇਗੀ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।